जिनी खिदमत की पाकिस्तान की सखावत ना साहब ने उन्नी चुक के क्लैप प्रोग्राम जो कर सदके मेरी मासी का मुंडा कलेजा पलीत कर मुछा तो किया तेरे छांटा वजा भाजी जी दो पीपे बंद मैं समझूंगा सहराई इलाके जो पीपे पानी वाले भर के लिए सौदा पेंडू जी आ गया अठ चक तो याद है अठ चक मैं याद है पहला चक पहला चक जो मैं तेन कहा चलो इतो चक आहो कुड़ियां स्कूल दे नाल दा गेट सुदादी लगा खंबे दा खोता बनया सी डब्बे रंग दा तो वो मुड़के बनया नहीं रहा जो तू उ गई सही गल खुल सामने मेरा यार मेरे मासी दे पुत्रा घरों शेर वाली गोली लैन गया दुकान से जाके ना भूल गया कहना नून लीक की गोली दे दो कौन फजूल एहो जे सपने ने नाल पिस्तौल रखे होंगे डंग ना वजे तो गोली मार देंगे चिट्टे रंग का सिगरट पीन दिया मैं क्या केड़ी कंपनी का बाबा देर पड़न तो मार ना नहीं आया कहना लठे का लठे की चादर उत्ते बलोच बलोची सलोटी ने स्लेटी रंग भाई स्लेटी रंग ਤੁਸੀਂ ਕਿਵੇਂ ਆਏ ਹੋ ਮੈਂ ਵਿਆਹ ਕਰਨ ਵਾਸਤੇ ਇੱਥੇ ਆਇਆ ਹਾਂ ਇੱਥੇ ਹੀ ਮੈਨੂੰ ਪਤਾ ਦੋ ਤਿੰਨੇ ਤੇ ਕੁੜੀਆਂ ਜਿਨ੍ਹਾਂ ਨੂੰ ਵਿਆਹ ਦੀ ਹਾਜਤ ਹੋਈ ਹੈ ਹਾਜਤ ਕੀ ਮਤਲਬ ਕੀ ਕਹਿੰਦੇ ਹੁੰਦੇ ਤਲਬ ਮਸਨੂਈ ਤੇਰੇ ਤੋਂ ਜ਼ਿਆਦਾ ਕੌਣ ਸਮਝਦਾ ਸੁਦਿਆ ਤੇਰੀ ਬਰਫ ਵਾਲੀ ਦੁਕਾਨ ਤੇ ਬੜਾ ਮਜ਼ਾ ਆਉਂਦਾ ਆਏ ਹਾਏ ਹਾਏ ਤੂੰ ਬੜਾ ਜਰਾਰਤੀ ਹੈ ਯਾਦ ਹੈ ਜਦੋਂ ਤੇਰੇ ਬਚਪਨ ਦੇ ਡੱਬ ਤੂੰ ਵੱਖਰੇ ਵਿੱਚ ਜੇਲ ਬਦਾਰੀ ਰਲੀ ਹੋਈ ਹੈ जे तुहाडी अखां दे सामने पानी गर्म करिए फिर नहा लोगे नहीं ऐवी मैं क्या भी शक होंदा ना बंदे नूं पता नहीं होया कि नहीं होया मूंह ही मैं ब्रीजर की टुटी तनी अरगा है तो तुहाडा मूंह कदों सच चंगा चंगा इहनू डाकू चुके लै गए इहनू उन्होंने तलाशी ली कोलों कुछ नहीं निकलिया हाँ। डाकू नूं बड़ा गुस्सा ओ कातो ओ डेरे ते लै गए उन्होंने ले जाके कन्न फड़ा के अच्छा उत्ते ते 10 रुपए की बर्फ बन दित्ती हाए इहने थले कन्न फड़े इंज करके उत्ते छिट्टा डिगे ते करे बीते दिनों की याद मैं जो पाकिस्तान ने हिंदुस्तान कट्ठा सी जी जी 47 तो पहले जी जी उदो कदी नहाते हो आज यार तू की मेरे पीछे ही पै गया नहीं नहीं अभी पूछे ही है एदा प्यो कतल हो गया लाश को सबूत कोई नहीं लभा उत्थे लेते पे सी ने खोते ते परचा कराता छोटा हुंदा एडा कमजोर सी डाई इहनू मुसलमान करन आया दी धौण लाउण लगा सी कुछ खा पी ले कदी मोटरसाइकिल तो आने गया पैप तेरे हल करता हो मैं लाहौर
ਵੱਖਰਾ ਹੀ ਸਕੂਲ ਬੈਗ ਜਿਹਾ ਟਕਰਿਆ ਸਾਨੂੰ ਭਾਜੀ ਮੇਰੇ ਕੋ ਕਿਰਾਇਆ ਲੈ ਲਓ ਜੀ ਚਲੇ ਜਾਓ ਕਿਤੇ ਆਪਣੇ ਕੱਪੜੇ ਧੋ ਕੇ ਪਾ ਲਾ ਸ਼ਾਇਦ ਉਹਨਾਂ ਚੋਂ ਯਾਰੀ ਹੋਵੇ ਗੱਲ ਕੀ ਹੋਈ ਗੱਲ ਕੀ ਹੋਈ ਆ ਹੁਣ ਆ ਕੀ ਆ ਰੋਜ਼ ਮੈਨੂੰ ਲੈ ਜਾਂਦਾ ਮੁੜ ਕੇ ਵਾਪਸ ਲੈ ਆਉਂਦਾ ਕੀ ਫਾਇਦਾ ਜਦੋਂ ਲਜਾਣਾ ਫਿਰ ਚੱਕਰ ਤੇ ਨੂੰ ਆਇਆ ਕਰਨਾ ਮੈਂ ਲਾਇਆ ਮੈਨੂੰ ਆਪ ਚੱਕਰ ਆਉਣ ਲੱਗ ਪਿਆ ਪਿੱਛੇ ਫੁਰ ਭਾਜੀ ਕਦੀ ਪੈਰ ਫਸਣ ਨਾ ਟੱਪ ਚ ਡਿੱਗੇ ਉਹ ਯਾਰ ਕੀ ਕਹਿ ਚੱਲ ਜਾ ਯਾਰ ਮੱਖੀਆਂ ਮਾਰ ਮਾਰ ਕੇ ਖਾਂਦੇ ਮੈਂ ਕਿਹਾ ਮੱਖੀਆਂ ਮਾਰ ਮਾਰ ਖਾਂਦੇ ਆ ਕਹਿੰਦਾ ਹਕੀਮ ਨੇ ਦੱਸਿਆ ਪਰਿੰਦੇ ਦਾ ਗੋਸ਼ਤ ਖਾਣਾ ਇਹ ਕਿਹੜਾ ਪਰਿੰਦਾ ਹੋਇਆ ਕੋਈ ਗੱਲ ਨਹੀਂ ਆਪਸ ਚ ਲੱਗੇ ਨੇ ਖੈਰ ਮੈਂ ਫੋਨ ਆਪਸ ਚ ਮਿਲਾਇਆ ਪਤਾ ਏਡਾ ਕਮਜ਼ੋਰ ਹੈ ਸੀਲ ਕੁੱਕੜ ਤੇ ਬਹਿ ਕੇ ਪਿਓ ਦੇ ਕਤਲ ਦਾ ਬਦਲਾ ਲੈਣ ਚਲਾ ਗਿਆ ਉਹ ਯਾਰ ਛੱਡ ਦਿਓ ਉਹ ਤੇ ਜਾ ਕੇ ਬਾਹਰ ਨਿਕਲੋ ਦੁਸ਼ਮਣੋ ਉਹਨਾਂ ਨੇ ਨਾਲੇ ਇਹਨੂੰ ਮਾਰਿਆ ਨਾਲੇ ਤੇ ਘੋੜੇ ਚਾਲੂ ਪਾ ਲੈ ਉੱਤੋਂ ਕਹਿੰਦਾ ਬੰਦੇ ਬਹੁਤੇ ਆ ਘੋੜਾ ਸ਼ੋਰੇ ਵਾਲਾ ਕਰ ਲਓ ਤਾਰਕ ਤਾਰਕ ਜੀ ਸੋਚ ਗਿਆ ਤਾਰਕ ਜੀ ਨੇ ਸਵਾਲ ਕੀਤਾ ਮਾਂ ਕੈਸੀ ਹਸਤੀ ਆ ਅੱਗੋ ਕਰਦਾ ਐਸੇ ਹਸਤੀ ਹੈ ਸ਼ਰਾਬ ਪੀ ਕੇ ਕੁੱਕੜੀਆਂ ਦੇ ਖੁੱਡੇ 'ਚ ਵੜ ਗਿਆ ਕਹਿੰਦਾ ਅੱਜ ਇਸ ਤਰ੍ਹਾਂ ਹੀ ਲੁੱਟਾਂਗੇ ਆਹ ਬੰਦਾ ਮੇਰੀ ਜਲਾਲ 'ਚ ਬਹੁਤਾ ਖੁਸ਼ ਮੈਂ ਹਿਸਾਬ ਲਾ ਲਿਆ ਜਦੋਂ ਪੈਦਾ ਹੋਇਆ ਐਡਾ ਕਮਜ਼ੋਰ ਠਹਿਰ ਜਾ ਵੇ ਤੈਨੂੰ ਨਹੀਂ 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 ਚੱਲ ਭਰਾ ਆਇਆ ਤੂੰ ਮੇਰਾ ਕਦੀ ਕੱਪੜਿਆਂ 'ਚ ਸੁੱਤਾ ਹੋਵੇ ਧੋਬੀ ਨੇ ਉਂਝ ਧੋਤਾ ਹੋਵੇ ਆਪਣੇ ਪਿਓ ਦੀ ਕਬਰ ਤੇ ਦੋ ਕੁੱਕੜਾਂ ਦੇ ਪੰਜੇ ਰੱਖਤੇ ਮੈਂ ਕਿਹਾ ਕੁੱਕੜਾਂ ਦੇ ਪੰਜੇ ਰੱਖ ਕਹਿੰਦਾ ਮੇਰੇ ਮਗਰੋਂ ਗਦਵਾ ਲਏ ਹੱਥ ਵੀ ਚਾਹੀਦੇ ਨੇ ਰੂੜੀ ਤੇ ਫਿਰ ਕਿੱਧਰ ਕਹਿੰਦਾ ਰਸ ਲੱਭਣ ਡਿਆ ਦੋਸਤਾਂ ਨੇ ਕਦੀ ਸ਼ੁਗਲ ਨਾਲ ਨਹਿਰ ਚ ਧੱਕਾ ਦਿੱਤਾ ਮੈਂ ਇਹੀ ਤਾਂ ਕਹਿ ਰਿਹਾ ਭਾਈ ਭਰਾ ਤੇਰਾ ਕਿਉਂ ਆਪ ਵੀ ਦਿਲੋਂ ਲੈਣ ਡਈ ਕਿਸੇ ਜਗ੍ਹਾ ਤੇ ਨੱਚਣ ਗਏ ਸੀ ਉਹਨਾਂ ਨੇ ਸ਼ਰਾਬ ਪੀਤੀ ਸੀ ਇਹਦੀ ਧੌਣ ਘੁਮਾਤੀ ਝੂਠੀ ਬੋਤਲ ਪੀਣ ਵਾਲਾ ਅੱਛਾ ਮੈਡਮ ਲੈਣਾ ਦੇਣਾ ਮੁਕਦਰਾਂ ਦਾ ਮੈਂ ਕਿਹਾ ਕਦੀ ਚੱਲਦੀ ਬਾਰਿਸ਼ 'ਚ ਬਾਹਰ ਨਿਕਲੇ ਹੋ ਗੁੰਗਾ ਬਣ ਕੇ ਮੰਗਦਾ ਸੀ ਦੇ ਦਿੰਦਾ ਸੀ ਸਾਰੇ ਸਿੱਧੇ ਹੋ ਗਏ ਮੈਂ ਸ਼ਾਦੀ ਕਰਨ ਵਾਸਤੇ ਆਇਆ ਜੀ ਤਾਂ ਪਿੰਡੋਂ ਜੀ ਆਪ ਮੇਰੇ ਮੰਗੇਤਰ ਹੀ ਹੈ ਆ ਓਏ ਭੈਣ ਬਹੁਤੀ ਲੰਮੀ ਨਹੀਂ ਨਾਲ ਗਵਾਨੀਆਂ ਦਾ ਵੀ ਸਾ ਅੱਛਾ ਚਲੋ ਮੈਂ ਥੋੜਾ ਜਿਹਾ ਇੰਜ ਹੋ ਜਾਗਾ ਸਾਰੀ ਜੀ ਵੈਸੇ ਹੈ ਸੋਹਣੀ ਜੋੜੀ ਮੇਰੇ ਕੋਲ ਜੈਕੀ ਲੈ ਲਓ ਲੈ ਵੀ ਜਦੋਂ ਵਿਆਹ ਹੋਏਗਾ ਨਾ ਉਦੋਂ ਨਾਲ ਹੀ ਮੇਰਾ ਭਰਾ ਹੈ
ਬਈ ਤੇਰੇ ਮਸ਼ਵਰੇ ਤੇ ਲਾਉਣ ਤੇ ਕੋਈ ਗੱਲ ਲਿਖਾ ਹੈ ਤੇ ਫਿਰ ਕੀ ਦੱਸੋ ਕੀ ਸ਼ਰਤਾਂ ਨੇ ਲਾੜਾ ਬਣਨ ਦੀਆਂ ਆਪ ਮੇ ਸੇ ਸ਼ਾਦੀ ਕਰਨਗੇ ਤਾਂ ਮੇਰੇ ਕੋਲ ਸ਼ਰਤੇ ਹੈ ਸ਼ਾਦੀ ਕਰਕੇ ਜਾਣਾ ਕਿਤੇ ਗੋਜਰੇ ਜਾਣਾ ਅਸੀਂ ਮਾਜਲਾ ਪੀਸ ਲੈਣ ਗਈ ਅਸਲਾਮ ਅਲੈਕਮ ਹੋਰ ਜੀ ਡੋਗਰ ਸਾਹਿਬ ਕੈਸੀ ਤਬੀਅਤ ਹੈ ਤੁਸੀਂ ਸੁਣਾਓ ਡੋਗਰ ਸਾਹਿਬ ਮਾਸ਼ਾਅੱਲਾ ਫਤਿਹ ਮੁਹੰਮਦ ਡੋਗਰ ਸਾਹਿਬ ਆਮ ਬੰਦਾ ਸੁਬਾਹ ਉੱਠ ਕੇ ਦੁਆ ਕਰਦਾ ਯਾ ਅੱਲਾ ਕਿਸੇ ਨੇਕ ਤੇ ਮੱਥੇ ਲਾਈ ਇਹ ਉੱਠ ਕੇ ਦੁਆ ਕਰਦਾ ਯਾ ਅੱਲਾ ਕਿਸੇ ਨੇਕ ਤੇ ਅੱਗੇ ਲਾਈ ਸਾਰੀ ਖੇਡ ਨਸੀਬਾਂ ਦੀ ਹਾਏ ਹਾਏ ਤੂੰ ਲੰਘ ਜਾ ਸਾਡੀ ਗੈਰ ਤੁਹਾਡੀ ਗੈਰ ਤੂੰ ਵੀ ਲੰਘ ਜਾ ਸਾਡੀ ਗੈਰ ਜਲਨੇ ਵਾਲੇ ਦਾ ਮੂੰਹ ਇਹੋ ਜਿਹਾ ਉਹਨੇ ਵਿਚਾਰੇ ਨੇ ਤੈਨੂੰ ਕੀ ਕਿਹਾ ਨਾਲ ਦਾ ਰੱਖ ਲੈ ਕੋ 1600 ਦੇ ਬੰਦਾ ਛੋਟਾ ਜਿਹਾ ਹੁੰਦਾ ਸੀ ਐਡਾ ਕਿ ਜਦੋਂ ਦਾ ਨੱਚਣ ਦਾ ਸ਼ੌਕ ਪਿਆ ਇਹ ਅੱਛਾ ਹਾਏ ਹਾਏ ਇੰਨਾ ਕਿ ਛੋਟਾ ਜਿੰਨਾ ਹੋਣਾ ਹਾਏ ਹਾਂਜੀ ਛੋਟੀ ਜੀ ਫਰਾਕ ਪਾਉਣੀ ਹੈ ਅੱਛਾ ਜੀ ਚੁਸਤੀ ਪਜਾਮੀ ਪਾਉਣੀ ਲੈ ਚੁਸਤੀ ਪਜਾਮੀ ਮੈਂ ਛੋਟਾ ਜਿਹਾ ਹੁੰਦਾ ਸੀ ਅੱਛਾ ਜੀ ਅੱਖਾਂ 'ਚ ਸੁਰਮੀ ਲਾਉਣੀ ਅੱਛਾ ਆਈਆਂ ਬਰੋਈਆਂ ਬਣਾਉਣੀਆਂ ਲੈ ਆਈਆਂ ਬਰੋਈਆਂ ਹਾਈ ਬਰੋ ਤੇ ਫਿਰ ਕਬੂਤਰਾਂ ਕੋ ਚਾਂਜਰਾਂ ਲੈ ਕੇ ਪੈਰਾਂ 'ਚ ਪਾਉਣੀਆਂ ਅੱਛਾ ਛੋਟਾ ਜਿਹਾ ਸੀ ਹਾਏ 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 ਇੱਕ ਇੱਕ ਵਾਲ ਵਾਲੀ ਪਲਕ ਲਾਉਣੀ ਵਾਲ ਤੇ ਦੋ ਕਰ ਲਾ ਤੇਰਾ ਪਹਿਲਾ ਵਾਲ ਲੀ ਦੋ ਵਾਲਾਂ ਦੀ ਲਾਣੀ ਇਹਨੇ ਤੇ ਹੋਲੀ ਜੇ ਜ਼ਮੀਨੀ ਜਿਹਾ ਖੁਸਰਾ ਬਣ ਕੇ ਇੰਜ ਇੰਜ ਨੱਚਣਾ ਨੇ ਹਾਏ ਤੇ ਨੱਚਣ ਮੀਆਂ ਵਾਲੀ ਚਲਾ ਗਿਆ ਓਏ ਹੋਏ ਮੀਆਂ ਵਾਲੀ ਦੇ ਬੰਦੇ ਤੇਰੇ ਵਾਂਗੂ ਲੰਮੇ ਲੰਮੇ ਐਡੇ ਐਡੇ ਉਹਨਾਂ ਦੇ ਕੱਦ ਐਡੇ ਐਡੇ ਹੱਥ ਇੱਕ ਵਾਰੀ ਦੁਆ ਮੰਗਣ 7 ਵਾਰੀ ਕਬੂਲ ਹੋਵੇ ਫਿਰ ਕੀ ਹੋਵਾ ਇਹ ਨੱਚਦਾ ਉਹਨਾਂ ਨੂੰ ਸੋਹਣਾ ਲੱਗਾ ਫਿਰ ਇੰਨਾ ਕਿ ਜਿੰਨਾ ਉਹ ਫੜ ਕੇ ਉੱਤੇ ਸੁੱਟਣ ਆਪ ਥੱਲੇ ਉਹ ਸਿੱਧੇ ਹੋ ਜਾਣੇ ਇਹਨੂੰ ਪਹਿਲੇ ਪਹਿਲੇ ਤਾਂ ਤਕਲੀਫ ਹੋਈ ਅੱਛਾ ਫਿਰ ਇਹਦਾ ਨਿਸ਼ਾਨਾ ਪੱਕਾ ਹੋ ਗਿਆ ਉਹ ਉੱਤੇ ਸੁੱਟਣੇ ਘੁੰਮ ਕੇ ਆਵੇ ਬਹੁ ਯਾਦ ਹੈ ਦੋ ਵਾਰੀ ਉਹ ਮੂੰਹ ਭੰਡੇ ਆ ਗਿਆ ਸੀ ਇੱਕ ਵਾਰੀ ਉਹਨੇ ਸਿੱਟਿਆ ਦੀ ਮੈਂ ਆਪ ਉੱਤੋਂ ਛਾਲ ਮਾਰਦੀ ਜਾ ਕੰਮ ਕਰ ਜਾ